ਭਾਕਿਓ ਏਕਤਾ ਉਗਰਾਹ ਵੱਲੋਂ ਡੀਸੀ ਦਫ਼ਤਰ ਪਟਿਆਲਾ ਦੇ ਗੇਟ ਅੱਗੇ ਧਰਨਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਜ਼ਿਲ੍ਹਾ ਪਟਿਆਲਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲਦਿਆਂ ਡੀਸੀ ਦਫ਼ਤਰ ਦੇ ਮੁੱਖ ਗੇਟ ਅੱਗੇ ਧਰਨਾ ਆਰੰਭ ਕੀਤਾ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਅਤੇ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਜਥੇਬੰਦੀਆਂ ਨਾਲ ਹੋਈਆਂ ਪਿਛਲੀਆਂ ਮੀਟਿੰਗਾਂ ਵਿੱਚ ਨਰਮਾ ਦੀ ਫਸਲ ਖਰਾਬ ਹੋਣ ਦਾ ਮੁਆਵਜ਼ਾ ਦੇਣ ਲਈ ਸਹਿਮਤ ਹੋਈ ਸੀ, ਪਰ ਬਹੁਤ ਸਮਾਂ ਬੀਤ ਜਾਣ ਬਾਅਦ ਵੀ ਇਹ ਪ੍ਰਕਿਰਿਆ ਵਿੱਚ ਕੋਈ ਯਤਨ ਸਰਕਾਰ ਵੱਲੋਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੌਣੀ ਦੀ ਫਸਲ ਦੇ ਹੋਈ ਬੇਵਕਤੀ ਬਰਸਾਤ ਕਾਰਨ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਲਈ ਵੀ ਸਰਕਾਰ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਤੇ ਸਹਿਮਤੀ ਬਣੀ ਸੀ, ਪਰ ਇਸ ਪਾਸੇ ਵੀ ਸਰਕਾਰ ਦਾ ਵਤੀਰਾ ਨਿਰਾਸ਼ਾਜਨਕ ਹੈ। ਪਟਿਆਲਾ ਜ਼ਿਲ੍ਹੇ ਦੇ ਖਜ਼ਾਨਚੀ ਜਸਵਿੰਦਰ ਸਿੰਘ ਬਰਾਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਹਾਲੇ ਤੱਕ ਬਹੁਤੇ ਪੀੜਤ ਪਰਿਵਾਰਾਂ ਨੂੰ ਨਹੀਂ ਮਿਲੀ। ਇਸ ਸਬੰਧੀ ਬੇਲੋੜੀਆਂ ਕਾਗਜ਼ੀ ਕਾਰਵਾਈਆਂ ਕਰਕੇ ਸਮਾਂ ਟਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਮਿਆਂ ਵਿੱਚ ਜਥੇਬੰਦੀ ਨਾਲ ਸਰਕਾਰ ਵਿੱਚ ਹੋਈਆਂ ਮੀਟਿੰਗਾਂ ਵਿੱਚ ਸੰਘਰਸ਼ ਦੌਰਾਨ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਲੋਕਾਂ ਤੇ ਮੜੇ ਝੂਠੇ ਕੇਸ ਵਾਪਸ ਕਰਨ ਦੀ ਗੱਲ ਤੇ ਸਹਿਮਤੀ ਬਣੀ ਸੀ, ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਕਚਹਿਰੀਆਂ ਦੇ ਗੇੜੇ ਕੱਟਣੇ ਪੈ ਰਹੇ ਹਨ। ਇੱਥੇ ਹੀ ਬਸ ਨਹੀਂ, ਬਲਕਿ ਨਵੇਂ ਪਰਚੇ ਵੀ ਮੜੇ ਜਾ ਰਹੇ ਹਨ। ਮਨਜੀਤ ਸਿੰਘ ਨਿਆਲ, ਜ਼ਿਲ੍ਹਾ ਪਟਿਆਲਾ ਪ੍ਰਧਾਨ ਬੀਕੇਯੂ ਏਕਤਾ ਉਗਰਾਹ। ਅੱਜ ਜਿਹੜਾ ਦੂਜੇ ਦਿਨ ਦੇ ਵਿੱਚ ਸਾਡਾ ਇਹ ਧਰਨਾ ਪ੍ਰਦਰਸ਼ਨ ਜਾਰੀ ਹੈ, ਜਿਹੜੀਆਂ ਮੰਗਾਂ ਸਾਡੀਆਂ ਪੰਜਾਬ ਸਰਕਾਰ ਨੇ ਲੋਕਾਂ ਨਾਲ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਕੀਤੇ ਅਤੇ ਕੁਝ ਮੰਗੀਆਂ ਹੋਈਆਂ ਮੰਗਾਂ, ਜਿਵੇਂ ਫਸਲਾਂ ਦੇ ਖਰਾਬੇ ਦਾ 17,000 ਰੁਪਏ ਪ੍ਰਤੀ ਏਕੜ ਅਤੇ ਇੱਕ ਜਿਹੜਾ 5 ਏਕੜ ਤੋਂ ਥੱਲੇ ਵਾਲਾ 2 ਲੱਖ ਰੁਪਏ ਦੀ ਕਰਜ਼ਾ ਰਾਹਤ ਲੋਕਾਂ ਨੂੰ ਅਤੇ ਇੱਕ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਸੰਬੰਧ 'ਚ ਅਤੇ ਮਤਲਬ ਇਹ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਨੇ ਇੱਕ ਤਾਂ ਉਹ ਲਾਗੂ ਕਰਾਉਣ ਦੇ ਸੰਬੰਧ ਦੇ ਵਿੱਚ, ਇੱਕ ਜਿਹੜਾ ਵਾਅਦੇ ਕੀਤੇ ਨੇ ਉਹ ਲਾਗੂ ਕਰਾਉਣ ਦੇ ਸੰਬੰਧ 'ਚ ਅਸੀਂ 5 ਰੋਜ਼ਾ ਧਰਨਾ ਬੀਕੇਯੂ ਉਗਰਾਹ ਵੱਲੋਂ ਪੂਰੇ ਪੰਜਾਬ ਦੇ ਵੱਖ ਵੱਖ ਡੀਸੀ ਦਫ਼ਤਰਾਂ 'ਤੇ ਸਾਡੇ ਪੱਕੇ ਮੋਰਚੇ ਦਿਨ ਰਾਤ ਦੇ ਚੱਲ ਰਹੇ ਨੇ। ਦੇਖੋ, ਜਿਹੜੇ ਟੋਲ ਟੈਕਸ ਵਧਾਏ ਨੇ, ਬਕਾਇਦਾ ਆਪਣੀ ਬੀਕੇਯੂ ਗ੍ਰਾਹਾਂ ਵੱਲੋਂ ਇੱਕ ਫੈਸਲਾ ਕੀਤਾ ਗਿਆ, ਜਿਹੜੇ ਰੇਟ ਵਾਧੇ ਨਾਲ ਟੋਲ ਟੈਕਸ ਚਲਾਉਣਗੇ ਜਿੱਥੇ ਆਪਣੇ ਮੋਰਚੇ ਨੇ ਉਹ ਅਸੀਂ ਚੱਲਣ ਨਹੀਂ ਦੇਣੇ। ਜੇ ਉਹ ਪੁਰਾਣੇ ਰੇਟਾਂ ਤੋਂ ਅੱਗੇ ਚਲਾਉਂਦੇ ਨੇ ਤਾਂ ਉੱਥੋਂ ਮੋਰਚੇ ਸਮਾਪਤ ਵੀ ਹੋਏ ਨੇ। ਮਤਲਬ ਨਵੇਂ ਰੇਟਾਂ 'ਤੇ ਅਸੀਂ ਇਹ ਟੋਲ ਪਲਾਜ਼ੇ ਜਿਹੜੇ ਲੈ ਰਹੇ ਨੇ, ਲੁੱਟ ਕਰ ਰਹੇ ਨੇ ਲੋਕਾਂ ਦੀ, ਉਹਨਾਂ ਨੂੰ ਰੋਕਾਂਗੇ ਵੀ, ਜਿਹੜੇ ਰੋਕੇ ਉਹਨਾਂ ਨੂੰ ਛੱਡਣੇ ਵੀ। ਇਹ ਮਤਲਬ ਸਰਕਾਰ ਇੱਕੋ ਲੋਕਾਂ ਨਾਲ ਉਹ ਮਤਲਬ ਬਦਲੇ ਦੀ ਖੋਰੀ ਦੀ ਨੀਤੀ ਦੇ ਵਿੱਚ ਆ ਕਿ ਜੇ 1.5 ਸਾਲ ਤੋਂ ਟੋਲ ਪਲਾਜ਼ੇ ਬੰਦ ਨੇ ਤਾਂ ਅਸੀਂ ਦੁੱਗਣੇ ਰੇਟ ਕਰਕੇ ਉਹ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰ ਕੇ ਆਪਦੇ ਇਹਨਾਂ ਕਾਰਪੋਰੇਟ ਘਰਾਣੇ ਦੇ ਖਜ਼ਾਨੇ ਭਰਾ ਦਈਏ। ਇਹ ਗੱਲਾਂ ਅਸੀਂ ਨਹੀਂ ਹੋਣ ਦੇਵਾਂਗੇ। ਬਕਾਇਦਾ ਐਲਾਨ ਹੈ ਬੀਕੇਯੂ ਗ੍ਰਾਹਾਂ ਵੱਲੋਂ ਉਹ ਪੁਰਾਣੇ ਰੇਟਾਂ 'ਤੇ ਚੱਲ ਸਕਦੇ ਨੇ, ਨਵਿਆਂ 'ਤੇ ਨਹੀਂ ਚੱਲਣ ਦੇਣ। ਬੀਕੇਯੂ ਗ੍ਰਾਹਾਂ ਵੱਲੋਂ ਚੋਣਾਂ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ, ਨਾ ਅਸੀਂ ਇਲੈਕਸ਼ਨਾਂ ਦੇ ਉੱਤੇ ਭਰੋਸਾ ਰੱਖਦੇ ਹਾਂ ਵੋਟਾਂ 'ਤੇ, ਕਿਉਂਕਿ ਜਿਹੜੀ ਲੋਕਾਂ ਦੀ ਤਾਕਤ ਆ ਉਹ ਇੱਕ ਏਕੇ ਦੀ ਤਾਕਤ ਆ, ਲੋਕਾਂ ਦਾ ਇਕੱਠ ਆ, ਲੋਕਾਂ ਦੀ ਤਾਕਤ ਆਪਦੇ ਮਸਲੇ ਹੱਲ ਕਰਾਉਂਦੀ ਹੈ, ਕਿਉਂਕਿ ਜਿਹੜੀਆਂ ਸਰਕਾਰਾਂ ਸਾਡੀਆਂ ਚੁਣੀਆਂ ਹੋਈਆਂ ਨੇ ਉੱਥੇ ਹਾਰੇ ਹੋਏ ਮੰਤਰੀ ਬਣਦੇ ਨੇ ਅਤੇ ਜਿੱਤੇ ਹੋਏ ਬਾਹਰ ਰਹਿੰਦੇ ਨੇ। ਇਸ ਕਰਕੇ ਸਾਨੂੰ ਇਹਨਾਂ ਇਲੈਕਸ਼ਨਾਂ ਤੋਂ ਕੋਈ ਆਸ ਨਹੀਂ ਹੈਗੀ। ਅਸੀਂ ਵੋਟਾਂ ਤੋਂ ਬਹੁਤ ਦੂਰ ਹਾਂ, ਸਾਡੀ ਬੀਕੇਯੂ ਗ੍ਰਾਹਾਂ ਦਾ ਨਾ ਕੋਈ ਇਲੈਕਸ਼ਨ ਦੇ ਵਿੱਚ ਹਿੱਸਾ ਹੈ, ਨਾ ਅਸੀਂ ਲਵਾਂਗੇ। ਜੇ ਕੋਈ ਸਾਡਾ ਆਗੂ ਉਹਨਾਂ ਦੇ ਵਿੱਚ ਹਿੱਸਾ ਲੈਂਦਾ ਤਾਂ ਉਹ ਜਥੇਬੰਦੀ 'ਚੋਂ ਬਰਖਾਸਤ ਕੀਤਾ ਜਾਵੇ। ਇਹ ਧਰਨਾ ਸਾਡਾ 24 ਤਰੀਕ ਤੋਂ ਇੱਕ ਦਿਨ ਰਾਤ ਦਾ ਮੋਰਚਾ ਚੱਲਣਾ। ਜੇ ਉਸ ਤੋਂ ਪਹਿਲਾਂ ਕੋਈ ਸਰਕਾਰ ਗੱਲਬਾਤ ਚਾਹੁੰਦੀ ਤਾਂ ਸੂਬਾ ਕਮੇਟੀ ਕਰੂਗੀ, ਜੇ ਉਸ ਤੋਂ ਬਾਅਦ ਅੱਗੇ ਪ੍ਰੋਗਰਾਮ ਤਿੱਖਾ ਕਰਨਾ ਹੋਇਆ ਤਾਂ ਉਹਨੂੰ ਤਿੱਖਾ ਵੀ ਕਰਾਂਗੇ। ਮੈਂ ਗੁਰਪ੍ਰੀਤ ਕੌਰ ਬਰਾਸ, ਔਰਤ ਆਗੂ, ਜ਼ਿਲ੍ਹਾ ਪਟਿਆਲਾ, ਬੀਕੇਯੂ ਏਕਤਾ ਉਗਰਾਹ। ਇਹਦੇ ਵਿੱਚ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਹੋਏ ਨੇ ਅਸੀਂ ਸਾਰੀ ਮੰਗਾਂ ਪਾਈਆਂ ਨੇ, ਚਾਹੇ ਕਰਜ਼ਾ ਮਾਫੀ ਦਾ ਹੋਵੇ, ਨਸ਼ਾ ਮੁਕਤੀ ਦਾ ਹੋਵੇ, ਜਾਂ ਗੁਲਾਬੀ ਸੁੰਡੀ ਦਾ ਹੋਵੇ ਨਰਮੇ ਵਾਲਾ, ਤੇ ਜਿਹੜੀ ਗੜੇਮਾਰੀ ਦੀ ਫਸਲ ਖਰਾਬ ਹੋਈ ਆ ਉਹਦੇ ਵਾਸਤੇ, ਜਿਹੜੇ ਨਾਭੇ ਰਾਜਪੁਰੇ ਥਰਮ ਪਲਾਟ ਤੋਂ ਕਾਮੇ ਜਿਹੜੇ ਉਹ ਕੱਢੇ ਗਏ ਨੇ ਉਹਨਾਂ ਨੂੰ ਬਹਾਲ ਕਰਨ ਵਾਸਤੇ, ਉਹਨਾਂ ਦੇ ਬਣਦੇ ਹੱਕ ਦੇਣ ਦੇ ਵਾਸਤੇ ਅਸੀਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਇਹ ਸਰਕਾਰ ਨੂੰ ਰੱਖੀਆਂ ਹੋਈਆਂ ਨੇ, ਕਿਉਂਕਿ ਜਿੱਦਣ ਦੀ ਵੀ ਚੰਨੀ ਸਰਕਾਰ
कोई भी पंजाब की मौजूदा सरकार हो चाहे कैप्टन रंग बदलता हो चाहे चन्नी बदलता हो पर कोई भी वादे से जोड़ा खरा नहीं उतरिया। पर यह गल असी हूँ सरकार को दसना चाहते हैं कि जब असी एड्डी वड्डी सेंटर सरकार नाल टक्कर लेके जित सकते हैं तो पंजाब वाली सरकार के भी धौन पर हूँ गोडा रख लिया। ये चकना उदों ही है जो साढ़े जोड़े हक बनते हैं सरकार मंगेगी। जिहड़ा चोन मैनीफेस्टो जारी किया ओदियां जिहड़ियां मंगां ने सारियां वो पूरियां करन सरकार। असी कहना चाहुंदे आ कि जिहड़ियां सरकार है वो इन्हां मंगां नूं पूरियां करे तां जो अगे वेले जिहड़ा आ विश्वास है वह लोगों का जिहड़ा आ बनिया रहे। पर क्योंकि 75 साल तो आही ला रहे ने सरकारां दे कुछ नहीं हैगा इन्हां दे पल्ले, इस करके जिहड़ी अज दी जिहड़ी जागरूकता आ लोगों दे विच उह बहुत ज़्यादा वध चुकी अपने हकों के लिए है जिहड़े वह लोग लड़ रहे ने ते अगे आ रहे ने। जिहड़ी जथेबंदी है ये जथेबंधक जिहड़ी आगू ने इन्होंने जिहड़ा मोदी सरकार है वह भी कहिंदा सी वी जे मैं एक बारी जिहड़ी गल कहती मैं वापस नहीं लैंदा पर उहनूं भी थुक के चटाया है क्योंकि अपने हकों के लिए असी खड़े सी दिल्ली दी अबरूहां ते अपनी जाना भी दित्ती। 750 तो वध जिहड़ा किसान है वह शहीद भी होया पर वह मोदी मन्निया इस करके हुण पंजाब सरकार दी वारी है क्योंकि दिल्ली दी अबरूहां दी दिल्ली दी स्टेज तो भी बार बार अनाउंस करते रहे हैं साडे प्रधान जी जोगिंदर सिंह उगराहा के दिल्ली दे मोर्चा जित्तण तो बाद आह हुण पंजाब सरकार दी वारी है तो हुण इह पंजाब सरकार दे जिहड़ा मोर्चा दरां ते लग्या होया हर जिले दे विच जिहड़ा मोर्चा इहो चल रहा। सो इह जिहड़ियां मंगां ने असीं मनवा के रहांगे। औरतों का लड़ बिल्कुल भारतीय किसान यूनियन एकता उगराहा वालों जोड़ा लड़ है वह औरतों का बराबर रख्या गया है। सब तो वध जिन्हें भैन ने उन्नी ही साढ़े भाई ने साढ़े वीर ने गिनती है जी बराबर है वध ही होगी भाइयों नालों घट नहीं होंगी।